ਸੋਹਣੀ ਜੀ ਸਤਿ ਸ਼੍ਰੀ ਅਕਾਲ ਨਾ ਆਪਾਂ ਇਹਨੂੰ ਗਰੁੱਪ ਚ ਡਰਾਈਆਂ ਮਾਰਨ ਨੂੰ ਰੱਖਿਆ ਵਾ ਆਲਤੂ ਫਾਲਤੂ ਚੀਜ਼ਾਂ 'ਚ ਧਿਆਨ ਦੇਣ ਦੇ ਨਾਲੋਂ ਨਾ ਆਪਣੇ ਰਿਆਜ਼ 'ਤੇ ਧਿਆਨ ਦਿਓ ਠੀਕ ਹੈ ਜੀ ਨਾਲੇ ਜਦੋਂ ਚਾਰ ਬੰਦਿਆਂ 'ਚ ਬੈਠੀਦਾ ਨਾ ਤਾਂ ਚਾਹ 'ਚ ਬਿਸਕੁਟ ਨਾ ਇੱਦਾਂ ਡਬੋ ਕੇ ਖਾਈਦਾ ਸਿੱਖ ਲਓ ਸਿੱਖ ਲਿਆ ਜੀ ਤਾਂ ਹੁੰਦਾ ਹਰ ਕੰਮ ਦੇ ਵਿੱਚ ਰਿਸਕ ਹੁੰਦਾ ਅਸੀਂ ਇਸ ਕੰਮ ਨੂੰ ਇਸ ਤਰ੍ਹਾਂ ਨਹੀਂ ਸੋਚਿਆ ਸੀ ਕਿ ਸਾਨੂੰ ਕੋਈ ਜ਼ਿਆਦਾ ਬਹੁਤ ਫਾਇਦਾ ਹੋਊਗਾ ਜਾਂ ਕੋਈ ਹੋਰ ਕਿਸੇ ਲਾਲਚ ਨਾਲ ਸੀ ਸਾਨੂੰ ਇਹ ਸੀਗਾ ਕਿ ਪੰਜਾਬੀ ਦੀ ਸਿਨੇਮਾ ਨੂੰ ਆਪਾਂ ਅਗਾਂਹ ਵਧੂ ਜਿਹੜੀ ਹੈਗੀ ਆ ਕੋਈ ਪ੍ਰੋਗਰੈਸਿਵ ਚੀਜ਼ ਅੱਗੇ ਆਵੇ ਅਤੇ ਇਸ ਨੂੰ ਕਲਾਕਾਰਾਂ ਨੂੰ ਸਪੋਰਟ ਕਰਦੇ ਰਹੀਏ ਹੈਲੋ ਗੱਲੀ ਵੀਰੇ ਜਿਹੜੀ ਤੂੰ ਲਾਟਰੀ ਪਾਈ ਸੀ ਉਹ ਲੱਗ ਗਈ ਹਾਂ ਵੀਰੇ 21 ਲੱਖ ਰੁਪਏ ਦਾ ਇਨਾਮ ਨਿਕਲਿਆ ਤੇ ਖਾਸ ਕਰਕੇ ਲੋਕਡਾਊਨ ਨੇ ਲੋਕਡਾਊਨ ਕਰਕੇ ਬਜਟ ਵੀ ਕਾਫੀ ਵਧਾ ਦਿੱਤਾ ਹੋਣਾ ਬਜਟ ਬਹੁਤ ਵੱਧ ਗਿਆ ਤੁਸੀਂ ਲਾ ਲਓ ਕਿ ਜਿੰਨਾ ਕਿ ਇਸ ਬਜਟ ਇਸ ਮੂਵੀ ਦਾ ਹੋ ਗਿਆ ਤਿੰਨ ਚਾਰ ਮੂਵੀਆਂ ਅੱਛੀਆਂ ਖਾਸੀਆਂ ਬਣ ਜਾਂਦੀਆਂ ਬਟ ਕੋਈ ਗੱਲ ਨਹੀਂ ਅਸੀਂ ਹਿੰਮਤ ਨਹੀਂ ਹਾਰੀ ਅਤੇ ਲੱਗੇ ਰਹੇ ਹਾਂ ਭਾਜੀ ਗਰੀਬੀ ਇਸ ਮੁਲਕ 'ਚ ਵੀ ਵਾਹ ਵਾਹ ਲੱਗਦੀ ਹੈ ਜੀ ਇੱਥੇ ਜਿੱਦਾਂ ਜਿੱਦਾਂ ਅਮੀਰ ਹੁੰਦੇ ਜਾਂਦੇ ਆ ਕੱਪੜੇ ਇਹਨਾਂ ਦੇ ਛੋਟੇ ਹੁੰਦੇ ਜਾਂਦੇ ਆ ਫਿਰ ਥੋੜ੍ਹੇ ਜਿਹੇ ਹੋਰ ਅਮੀਰ ਹੋ ਜਾਂਦੇ ਗਰੀਬਾਂ ਦਾ ਭਲਾ ਹੋ ਜਾਣਾ ਸੀ ਉਹ ਵੀ ਹੁੰਦੀ ਮੇਰੇ ਖਿਆਲ ਨਾਲ ਤਿੰਨ ਚਾਰ ਮਹੀਨੇ ਵਿੱਚ ਪ੍ਰੋਜੈਕਟ 6 ਮਹੀਨੇ 'ਚ ਡਨ ਹੋ ਜਾਂਦਾ ਸਾਡਾ ਤਾਂ ਮੂਵੀ 2-2.5 ਸਾਲ ਲੱਗ ਗਏ ਔਰ ਇਹਦੇ ਵਿੱਚ ਜਦੋਂ ਵੀ ਡਿਸਕਸ਼ਨ ਹੁੰਦੀ ਸੀ ਕੋਈ ਨਾ ਕੋਈ ਹੋਰ ਸੁਜੈਸ਼ਨ ਹੁੰਦੀ ਸੀ ਵੀ ਹੋਰ ਵਧੀਆ ਹੋ ਸਕਦਾ ਮੈਂ ਤਾਂ ਵੈਸੇ ਹੀ ਪੁੱਛ ਲਿਆ ਸੁਣੋ ਜੀ ਦੇਖੋ ਕਦਾ ਪਰਦਾ ਵੇ ਜਗਬਾਣੀ ਟੀ ਵੀ ਉੱਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਾਡੇ ਨਾਲ ਨੇ ਪਾਣੀ 'ਚ ਮਧਾਣੀ ਫਿਲਮ ਦੇ ਪ੍ਰੋਡਿਊਸਰ ਡਾਕਟਰ ਸਿੱਧੂ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੁਹਾਡਾ ਜਗਬਾਣੀ ਟੀ ਵੀ ਉੱਤੇ ਜਗਬਾਣੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਡੇ ਪ੍ਰੋਡਿਊਸਰ ਹੋਣ ਦੇ ਨਾਤੇ ਹਾਂਜੀ ਫਿਲਮ ਤੋਂ ਕਿੰਨੀਆਂ ਉਮੀਦਾਂ ਨੇ ਐਜ਼ ਅ ਪ੍ਰੋਡਿਊਸਰ ਦੇਖੋ ਰਿਸਕ ਤਾਂ ਹੁੰਦਾ ਹਰ ਕੰਮ ਦੇ ਵਿੱਚ ਰਿਸਕ ਹੁੰਦਾ ਅਸੀਂ ਇਸ ਕੰਮ ਨੂੰ ਇਸ ਤਰ੍ਹਾਂ ਨਹੀਂ ਸੋਚਿਆ ਸੀ ਕਿ ਸਾਨੂੰ ਕੋਈ ਜ਼ਿਆਦਾ ਬਹੁਤ ਫਾਇਦਾ ਹੋਊਗਾ ਜਾਂ ਕੋਈ ਹੋਰ ਕਿਸੇ ਲਾਲਚ ਨਾਲ ਸੀ ਸਾਨੂੰ ਇਹ ਸੀਗਾ ਕਿ ਪੰਜਾਬੀ ਦੀ ਸਿਨੇਮਾ ਨੂੰ ਆਪਾਂ ਅਗਾਂਹ ਵਧੂ ਜਿਹੜੀ ਹੈਗੀ ਆ ਕੋਈ ਪ੍ਰੋਗਰੈਸਿਵ ਚੀਜ਼ ਅੱਗੇ ਆਵੇ ਅਤੇ ਇਸ ਨੂੰ ਕਲਾਕਾਰਾਂ ਨੂੰ ਸਪੋਰਟ ਕਰਦੇ ਰਹੀਏ ਕਰਦੇ ਕਰਦੇ ਜਦੋਂ ਸਾਨੂੰ ਇਸ ਕੰਮ 'ਚ ਪੈ ਹੀ ਗਏ ਸੀਗੇ ਅਤੇ ਕਈ ਔਂਕੜਾਂ ਵੀ ਆਈਆਂ ਅਤੇ ਖਾਸ ਕਰਕੇ ਲੋਕਡਾਊਨ ਬਜਟ ਵੀ ਕਾਫੀ ਵਧਾ ਦਿੱਤਾ ਹੋਣਾ ਬਜਟ ਬਹੁਤ ਵੱਧ ਗਿਆ ਤੁਸੀਂ ਲਾ ਲਓ ਕਿ ਜਿੰਨਾ ਕਿ ਇਸ ਬਜਟ ਇਸ ਮੂਵੀ ਦਾ ਹੋ ਗਿਆ ਤਿੰਨ ਚਾਰ ਮੂਵੀਆਂ ਅੱਛੀਆਂ ਖਾਸੀਆਂ ਬਣ ਜਾਂਦੀਆਂ ਬਟ ਕੋਈ ਗੱਲ ਨਹੀਂ ਅਸੀਂ ਹਿੰਮਤ ਨਹੀਂ ਹਾਰੀ ਅਤੇ ਲੱਗੇ ਰਹੇ ਹਾਂ ਇਹ ਮੁਸ਼ਕਲਾਂ ਤਾਂ ਸਾਰਿਆਂ 'ਤੇ ਆਈਆਂ ਉਸ ਟਾਈਮ 'ਤੇ ਲੋਕਡਾਊਨ ਦੇ ਟਾਈਮ 'ਤੇ ਬਿਲਕੁਲ ਬਟ ਕੱਲ੍ਹ ਅਸੀਂ ਦੁਬਈ ਦੇ ਵਿੱਚ ਅਸੀਂ ਦੇਖਿਆ ਜਦੋਂ ਪ੍ਰੀਮੀਅਰ 'ਤੇ ਲੋਕਾਂ ਦੀ ਰਿਐਕਸ਼ਨ ਦੇਖਿਆ ਬਕਮਾਲ ਦੇ ਸੀ ਹੌਂਸਲਾ ਹੋਰ ਬੁਲੰਦ ਹੋ ਗਿਆ ਵੀ ਉਸ ਤੋਂ ਬਾਅਦ ਵੀ ਹੁਣ ਪਤਾ ਹੀ ਹੈ ਕਿ ਹੁਣ ਸਾਰਿਆਂ ਨੇ ਪਸੰਦ ਕਰਨੀ ਸਾਰਿਆਂ ਨੇ ਪਸੰਦ ਪਹਿਲਾਂ ਤਾਂ ਵੀਡੀਓਜ਼ ਜਿਹੜੇ ਆਏ ਸੀ ਦੂਜੇ ਸਿੰਘ ਜਿਹੜੇ ਗਾਉਣ ਵਾਲੇ ਅਤੇ ਟ੍ਰੇਲਰ ਜਿਹੜਾ ਆਇਆ ਸੀਗਾ ਟ੍ਰੇਲਰ 'ਤੇ ਬਹੁਤ ਅਪਰੀਸ਼ੀਏਟ ਕੀਤਾ ਫਿਰ ਗਾਣੇ ਜਿਹੜੇ ਆਏ ਉਹ ਬਹੁਤ ਅਪਰੀਸ਼ੀਏਟ ਕੀਤਾ ਅਤੇ ਰਹਿੰਦਾ ਖੁੰਦਾ ਹੁਣ ਕੱਲ੍ਹ ਜਿਹੜਾ ਕੱਲ੍ਹ ਮਾਹੌਲ ਦੇਖਿਆ ਅਤੇ ਅੱਜ ਹੁਣ ਜਰਾਤ ਤੁਸੀਂ ਵੀ ਸਾਡੇ ਨਾਲ ਹੋਗੇ ਅਤੇ ਤੁਸੀਂ ਵੀ ਦੇਖੋਗੇ ਅਤੇ ਤੁਸੀਂ ਵੀ ਆਣ ਕੇ ਦੇਖੋ 5 ਨਵੰਬਰ ਤੋਂ ਬਾਅਦ ਬਹੁਤ ਜ਼ਿਆਦਾ ਵਧੀਆ ਲੱਗੂ ਹਰੇਕ ਨੂੰ ਹੁਣ ਗਿੱਪੀ ਗਰੇਵਾਲ ਹੁਣੀ ਆਪ ਡਾਇਰੈਕਟਰ ਵੀ ਰਹੇ ਨੇ ਰਾਈਟਰ ਵੀ ਨੇ ਅਦਾਕਾਰ ਵੀ ਨੇ ਗਾਇਕ ਵੀ ਨੇ ਅਤੇ ਫਿਲਮ ਡਾਇਰੈਕਟ ਕੀਤੀ ਆ ਵਿਜੇ ਅਰੋੜਾ ਜੀ ਨੇ ਅਤੇ ਲਿਖੀ ਨਰੇਸ਼ ਕਥੂਰੀਆ ਜੀ ਨੇ ਆ ਪ੍ਰੋਡਿਊਸ ਤੁਸੀਂ ਕੀਤੀ ਹੈ ਅਤੇ ਕਿੰਨੀ ਕੁ ਇੰਟਰਫੇਰੈਂਸ ਰਹੀ ਆ ਗਿੱਪੀ ਗਰੇਵਾਲ ਜੀ ਦੀ ਵਿੱਚ ਫਿਲਮ 'ਚ ਪ੍ਰੋਡਿਊਸਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਇੱਕ ਮੇਰਾ ਪਾਰਟਨਰ ਹੋ ਵੀ ਹੈਗਾ ਸਨੀ ਰਾਜ ਉਹ ਵੀ ਆ ਨਹੀਂ ਸਕਿਆ ਉੱਥੇ ਸਟੱਕ ਹੈ ਕਿਤੇ ਹੋਰ ਕੰਮ 'ਤੇ ਉੱਥੇ ਦੂਜੇ ਜਿੱਥੇ ਅਸੀਂ ਕਰ ਰਹੇ ਸੀ ਪ੍ਰੀਮੀਅਰ ਗਿੱਪੀ ਨਾਲ ਤਾਂ ਲੌਂਗ ਸਟੈਂਡਿੰਗ ਇੱਕ ਰਿਲੇਸ਼ਨਸ਼ਿਪ ਹੈਗਾ ਵੈਸੇ ਇੱਕ ਫਰੈਂਡਲੀ ਤੌਰ ਦੇ ਉੱਤੇ ਅਤੇ ਇਹਦੇ ਜਿਹੜੇ ਆ ਚਾਰ ਜਿਹੜੇ ਤੁਸੀਂ ਦੱਸੇ ਹੈਗੇ ਅਤੇ ਉੱਦਾਂ ਵੀ ਐਜ਼ ਅ ਹਿਊਮਨ ਬੀਂਗ ਵੀ ਬਹੁਤ ਅੱਛਾ ਹੈਗਾ ਇਹਦੇ ਨਾਲ ਕੰਮ ਕਰਨਾ ਹੈਗਾ ਅਤੇ ਇਟਸ ਪ੍ਰੀਟੀ ਸੇਫ ਹੈ ਨਾ ਅਤੇ ਬੜਾ ਵਧੀਆ ਲੱਗਿਆ ਹੈਗਾ ਕਿ ਸਾਨੂੰ ਗਾਈਡੈਂਸ ਪ੍ਰੋਪਰ ਮਿਲੀ ਅਤੇ ਪੈਂਡੈਮਿਕ 'ਚੋਂ ਜੇ ਅੱਛੀ ਚੀਜ਼ ਇੱਕ ਚੀਜ਼ ਹੋਈ ਆ ਕਿ ਹਰੇਕ ਨੂੰ ਟਾਈਮ ਮਿਲਿਆ ਆਪਣੇ ਆਪ ਜਦ ਬਾਰੇ ਸੋਚਣ ਬਾਰੇ ਅਤੇ ਇੱਕ ਦੂਜੇ ਨੂੰ ਮੱਬੀ ਜਿਹੜੇ ਰਿਸ਼ਤੇ ਜਿਹੜੇ ਹੈਗੇ ਹੋਰ ਪੱਕੇ ਹੋਏ ਬਟ ਇਸ ਮੂਵੀ ਦੇ ਵਿੱਚ ਵੀ ਬਹੁਤ ਜ਼ਿਆਦਾ ਟਾਈਮ ਮਿਲਿਆ ਚਾਹੇ ਉਸ ਸਟੋਰੀ ਰਾਈਟਰ ਨੂੰ ਹੋਇਆ ਅਤੇ ਚਾਹੇ ਡਾਇਰੈਕਟਰ ਸਾਹਿਬ ਨੂੰ ਚਾਹੇ ਗਿੱਪੀ ਨੂੰ ਆਪਣੇ ਇੰਪਰੂਵਮੈਂਟਸ ਕਰਨ ਦੇ ਹਰ ਇੱਕ ਕਲਾਕਾਰ ਔਰ ਸਾਡਾ ਸਟਾਰ ਕਾਸਟ ਵੀ ਬਹੁਤ ਵੱਡਾ ਸਰ ਔਰ ਜਿੱਦਾਂ ਜਿੱਦਾਂ ਅਸੀਂ ਡਿਸਕਸ਼ਨ ਕਰਦੇ ਨੇ ਨੋਰਮਲ ਜਿਹੜੀ ਮੂਵੀ ਹੁੰਦੀ ਮੇਰੇ ਖਿਆਲ ਨਾਲ 3-4 ਮਹੀਨੇ ਵਿੱਚ ਪ੍ਰੋਜੈਕਟ 6 ਮਹੀਨੇ 'ਚ ਡਨ ਹੋ ਜਾਂਦਾ ਸਾਡਾ ਤਾਂ ਮੂਵੀ 2-2.5 ਸਾਲ ਲੱਗ ਗਏ ਔਰ ਇਹਦੇ ਵਿੱਚ ਜਦੋਂ ਵੀ ਡਿਸਕਸ਼ਨ ਹੁੰਦੀ ਸੀ ਕੋਈ ਨਾ ਕੋਈ ਹੋਰ ਸੁਜੈਸ਼ਨ ਹੁੰਦੀ ਸੀ ਵੀ ਹੋਰ ਵਧੀਆ ਹੋ ਸਕਦਾ ਸੁਜੈਸ਼ਨ ਜਿੱਦਾਂ ਹੁਣ ਨੀਰੂ ਮੈਡਮ ਨੇ
ठीक है ना। तो कलाकार जिहड़े सीगे ठाकुर साहब भी ले मैं भी होर जिहड़ी लोकेशनस जिहड़ियां हैगियां तुहाड़ी इंग्लैंड दी सी मैनूं लगदा इन्नी लोकेशनस किसी भी मूवी च पाईआं होण सर जदों तुसीं मूवी देखोगे तुसीं देखोगे इट्स नॉट शॉट ऑल इन वन यू नो वन लोकेशन ਕਿਸੇ ਆਰਟਿਸਟ ਵੱਲੋਂ ਤੁਹਾਨੂੰ ਕੋਈ ਕਈ ਵਾਰੀ ਹੋ ਜਾਂਦਾ ਯਾਰ ਆਪ ਨਾ ਹੀ ਲੈਂਦੇ ਇਸ ਬੰਦੇ ਨੂੰ ਤਾਂ ਚੰਗੀ ਗੱਲ ਸੀ ਕੋਈ ਇੱਦਾਂ ਦੀ ਗੱਲ ਤਾਂ ਨਹੀਂ ਹੋਈ ਨਹੀਂ ਓਵਰਆਲ ਜੇ ਦੇਖਿਆ ਜਾਵੇ ਤਾਂ ਬਹੁਤ ਵਧੀਆ ਰਿਹਾ ਸਾਡਾ ਵੈਸੇ ਵੀ ਈਜ਼ੀ ਗੋਇੰਗ ਸੁਭਾਅ ਆ ਅਤੇ ਕਰਦੇ ਕਰਾਉਂਦੇ ਹੁਣ ਜਿਹੜਾ ਹੈਗਾ ਜਿੱਦਾਂ ਵੀ ਡੇ ਟੂ ਡੇ ਕੋਈ ਹੁਣ ਜਿੱਥੇ ਦੋ ਭਾਂਡੇ ਹੁੰਦੇ ਕਈ ਵਾਰੀ ਖੜਕਦੇ ਹੁੰਦੇ ਆ ਹਾਂਜੀ ਹਾਂਜੀ ਬਟ ਐਟ ਦ ਐਂਡ ਹੁਣ ਜਿਹੜਾ ਪ੍ਰੋਡਕਟ ਜਿਹੜਾ ਆਇਆ ਹੈਗਾ ਉਹ ਬਹੁਤ ਵਧੀਆ ਬਿਲਕੁਲ ਇੱਕ ਕਹਿੰਦੇ ਹੁੰਦੇ ਪ੍ਰੋਗਰੈਸਿਵ ਆਰਗੂਮੈਂਟ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ ਰਹਿੰਦੀ ਉਹਦੇ ਵਿੱਚ ਉਹ ਜ਼ਰੂਰੀ ਸਾਡੇ ਚੰਗੇ ਲਈ ਆ ਅਤੇ ਡਾਕਟਰ ਸਾਹਿਬ ਸਾਡੀ ਸਾਰੀ ਜਾਗਵਾਨੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ ਵੀ ਤੁਸੀਂ ਇਹ ਕੋਸ਼ਿਸ਼ ਕੀਤੀ ਆ ਸਾਡੀ ਪਹਿਲੀ ਕੋਸ਼ਿਸ਼ ਸੀ ਔਰ ਅਸੀਂ ਬੜੇ ਫੋਰਚੂਨੇਟ ਕਿ ਸਾਨੂੰ ਇਸ ਪੱਧਰ ਦੀ ਫਿਲਮ ਸਾਡੀ ਝੋੜੀ ਪਈ ਆ ਔਰ ਇਸ ਕਰ ਸਕ ਇੱਦਾਂ ਦਾ ਕੁਝ ਕਰ ਸਕੀਏ ਅਸੀਂ ਸਾਰੇ ਪੰਜਾਬੀਆਂ ਕੋਲੋਂ ਚੜ੍ਹਦੇ ਪੰਜਾਬ ਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਕੋਲੋਂ ਇਹੀ ਆਸ ਰੱਖਦੇ ਹਾਂ ਕਿ ਉਹ ਸਿਨੇਮੇ 'ਚ ਹੁੰਮ ਹੁਮਾ ਕੇ ਜਾਣ ਦੁਨੀਆ ਭਰ ਦੇ ਸਿਨੇਮੇ ਵਿੱਚ ਜਿੱਥੇ ਵੀ ਤੁਸੀਂ ਵੱਸਦੇ ਹੋ ਪੰਜਾਬੀ ਨੂੰ ਪਿਆਰ ਕਰਦੇ ਹੋ ਪੰਜਾਬੀ ਸਿਨੇਮੇ ਨੂੰ ਪਿਆਰ ਕਰਦੇ ਹੋ ਕਿ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦਾ ਨਾਂ ਹੋਰ ਰੋਸ਼ਨ ਹੋਵੇ ਸਾਡੇ ਹੋਰ ਕਲਾਕਾਰ ਅਦਾਕਾਰ ਪੈਦਾ ਹੋਣ ਸਾਡੇ ਪੰਜਾਬ ਵਿੱਚ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਸਿਨੇਮੇ 'ਚ ਪਹੁੰਚ ਕੇ ਤਾਂ ਇੱਦਾਂ ਦੀਆਂ ਫਿਲਮਾਂ ਨੂੰ ਸਪੋਰਟ ਕਰੀਏ ਪੰਜਾਬੀ ਸਿਨੇਮੇ ਨੂੰ ਸਪੋਰਟ ਕਰੀਏ ਤਾਂ ਜੋ ਸਾਡੇ ਜੋ ਪ੍ਰੋਡਿਊਸਰ ਨੇ ਇਹ ਦੁਬਾਰਾ ਫਿਲਮ ਹੋਰ ਬਣਾਉਣ ਦੇ ਲਈ ਹੋਰ ਯਤਨਸ਼ੀਲ ਰਹਿਣ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ